country. الحمد لله الحمد لله الذي لم يزل عالما قديرا حيا قيوما سميعا بصيرا أرسله بالحق بشيرا ونذيرا وداعيا إلى الله بإذنه وسراجا منيرا وصلى الله على نبينا محمد سارے کو ابھی صلی اللہ علیہ وسلم آگے ہو پئی پٹی صاحب ایتھے آ جاؤ بندے تو رو ویکھ کے پھر سوچی سبحان اللہ آخر گئے پٹا صاحب ہی آ گئے نے اے آ جاؤ ایتھے آ جاؤ آ جاؤ وصلی اللہ علی نبینا محمد صلی اللہ علیہ وسلم چلو ਉੱਚੀ ਨਾਂ ਵੀ ਆਖੋ ਆਖੋ ਜ਼ਰੂਰ ਮਤਾਂ ਐਵੇਂ ਥੱਕ ਨਾ ਜਾਇਆ ਜੀ ਭਾਈ ਹੈ ਆਖੋ ਜ਼ਰੂਰ ਕਿਉਂਕਿ ਜਿਹੜਾ ਸਾਡੇ ਪਿਆਰੇ ਨਬੀ 'ਤੇ ਦਰੂਦ ਨਹੀਂ ਨਾ ਪੜ੍ਹਦਾ ਉਹ ਲਾਂਤੀ ਹੈ ਅਤੇ ਬਖੀਲ ਹੈ ਇਸ ਜਾਮਿਆ ਮਸਜਿਦ ਦਾ ਨਾਂ ਜਾਮਿਆ ਮਸਜਿਦ ਸੈਯਦਨਾ ਹਜ਼ਰਤ ਅਲੀ ਉਲ ਮੁਰਤਜ਼ਾ ਰਜ਼ੀ ਅੱਲਾਹ ਤਾਲਾ ਅਨਹੁ ਦੇ ਵਿੱਚੋਂ ਤੁਸੀਂ ਜਿੰਨੇ ਵੀ ਮਹਿਮਾਨ ਆਏ ਹੋ ਤੁਸਾਂ ਜਾ ਕੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਸਾਡਾ ਇਹ ਅਕੀਦਾ ਹੈ ਜਿਹੜਾ ਹਜ਼ੂਰ 'ਤੇ ਦਰੂਦ ਨਹੀਂ ਪੜ੍ਹਦਾ ਉਹ ਲਾਂਤੀ ਹੈ ਉੱਚੀ ਆਖੋ ਫਿਰ ਤੁਸੀਂ ਡਰਦੇ ਹੋ ਤੁਹਾਡੇ 'ਤੇ ਕੋਈ ਪਰਚਾ ਹੋਣ ਲੱਗਾ ਜਿਹੜਾ ਹਜ਼ੂਰ 'ਤੇ ਇਹ ਅਕੀਦੇ ਦੀ ਗੱਲ ਹੈ ਜਿਹੜਾ ਹਜ਼ੂਰ 'ਤੇ ਦਰੂਦ ਨਹੀਂ ਪੜ੍ਹਦਾ ਉੱਚੀ ਬੋਲੋ ਉਹ ਨਹੀਂ ਫਿਰ ਆਖੋ ਉਹ ਬਖੀਲ ਹੈ ਉਹ ਲਾਂਤੀ ਅਤੇ ਜਿਹੜਾ ਹਜ਼ੂਰ 'ਤੇ ਦਰੂਦ ਪੜ੍ਹਨ ਦਾ ਮੁਨਕਰ ਹੈ ਉਹ ਉੱਕਾ ਹੀ ਬੇਈਮਾਨ ਵਸੱਲੱਲਾਹੁ ਅਲਾ ਨਬੀਨਾ ਮੁਹੰਮਦ ਸੱਲੱਲਾਹੁ ਤਾਲਾ ਅਲੈਹਿ ਵਆਲਿਹਿ ਵਸੱਲਮ ਤਸਲੀਮਨ ਕਸੀਰਨ ਕਸੀਰਾ اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد أما بعد فأعوذ بالله السميع العليم من الشيطان الرجيم بسم الله الرحمن الرحيم يا
أيها الرسول بلغ. قال الله تبارك وتعالى في القرآن المجيد: يا أيها الرسول بلغ ما أنزل إليك من ربك وإن لم تفعل فما بلغت رسالته والله يعصمك من الناس إن الله لا يهدي القوم الكافرين. رب اشرح لي صدري ويسر لي أمري واحلل عقدة من لساني يفقه قولي علم الإنسان ما لم يعلم رب زدني علما. سبحانك لا علم لنا سبحانك لا علم لنا إلا ما علمتنا إنك أنت العليم الحكيم. جنة چڑھیا आमिना दिलाल दा चन्न चढ़िया रहमत आलम जनाब मुहम्मद सल्लल्लाहु अलैहि वसल्लम चन्न चढ़िया आमिना दिलाल दा तवज्जो करें ये चन्न चढ़िया आफ्ताब खत्म नबूवत चन्न चढ़िया आमिना दिलाल दा चन्न चढ़िया चन्न चढ़िया आमिना दिलाल दा चन्न चढ़िया आमिना दिलाल दा कोई भी नहीं सोना कोई भी नहीं सोना कोई भी नहीं सोना सोने दे नाल दा क्यों जी पट्टी साहब आंदे ने लभ के लियावां कित्थों सोना तेरे नाल दा असी आने लबन लबान की लोड़ ही कोई नहीं हजूर जैसा रब ने कोई और बनाया ही नहीं कोई दुनिया से आया ही नहीं कोई भी नहीं सोना जिन्हों समझ आए दिल दियाँ था गहराइया के सल्लल्लाहु अलैहि वसल्लम कोई भी नहीं सोना सोने दे नाल दा चन्न चढ़िया ए जिहड़ी आबादी है इस आबादी नूं मनू दे खातर रखदिया होया मैं जरा ए अल्फाज पढ़ रहा वरना मेरा मौजू कुछ होर है जरा तवज्जो करना कोई भी नहीं सोना सोने दे नाल दा उच्ची शान वाला आ गया उच्चे रुतबे पान वाला आ गया उच्ची शान वाला आ गया उच्ची शान वाला आ गया उच्चे रुतबे पान
ਆਹ ਫਿਕਰਾ ਸੁਣਨਾ, ਸਭ ਨੂੰ ਸੀਨੇ ਲਾਣ ਵਾਲਾ, ਆਖੋ ਜ਼ਰਾ, ਸਭ ਨੂੰ ਸੀਨੇ, ਜਿਹਦੇ ਕੋਲ ਪੈਸੇ ਹੋਣ ਉਹਨੂੰ ਅਗਾਂਹ ਕਰ ਲਿਆ, ਜਿਹਦੇ ਕੋਲ ਕੁਛ ਨਾ ਹੋਵੇ ਉਹਨੂੰ ਪਰਾਂ ਕਰ ਲਿਆ, ਹੈ ਜਿਵੇਂ ਮੱਝ ਸੱਜਰ ਹੋਵੇ ਉਹਨੂੰ ਵਾਹਵਾ ਗਤਾਵਾ ਅਤੇ ਕੰਮ ਵਾਹਵਾ ਬਣਾ ਲਿਆ, ਅਤੇ ਜਿਹੜੀ ਨਾ ਕੋਈ ਦੇਣ ਵਾਲੀ ਹੋਏ ਉਹਨੂੰ ਪਰਾਂ ਬੰਨ ਦਿੱਤਾ। ਲੇਕਿਨ ਮੇਰਾ ਮਹਿਬੂਬ ਕਾਇਨਾਤ ਦੇ ਇਮਾਮ ਸਭ ਨੂੰ ਸੀਨੇ ਲਾਣ ਵਾਲਾ ਆ ਗਿਆ, ਉੱਚੇ ਰੁਤਬੇ ਪਾਣ ਵਾਲਾ ਆ ਗਿਆ। ਕਹਿਣ ਵਾਲਾ ਜੇ ਕਹਿੰਦਾ ਹੈ ਟਹਿਣੀ ਹੋਵੇ ਰੁੱਖ ਹੋਵੇ ਟਹਿਣੀ ਹੋਵੇ ਬੂਰ ਨਾਲ ਸਜਦੀ, ਰੁੱਖ ਹੋਵੇ ਟਹਿਣੀ ਹੋਵੇ ਬੂਰ ਨਾਲ ਸਜਦੀ, ਸ਼ਾਮ ਦੀ ਜ਼ਮੀਨ ਵੀ ਕੋਹੇ ਤੂਰ ਨਾਲ ਸਜਦੀ, ਜੰਨਤ ਵੀ ਸੁਣਿਆ ਏ ਹੂਰ ਨਾਲ ਸਜਦੀ, ਅੱਖ ਭਾਵੇਂ ਸੋਹਣੀ ਹੋਵੇ ਪਰ ਨੂਰ ਨਾਲ ਸਜਦੀ। ਅਤੇ ਇਹ ਇਲਾਕਾ ਮਿਲਾਂ ਦਾ ਮਿਲ ਜਿੱਥੇ ਲੱਗੇ ਮਜ਼ਦੂਰ ਨਾਲ ਸਜਦੀ, ਭੁੱਖ ਮਿਲ ਜਿੱਥੇ ਲੱਗੇ ਮਜ਼ਦੂਰ ਨਾਲ ਸਜਦੀ, ਭੁੱਖ ਜ਼ਦਾ ਭੁੱਖੇ ਮਜ਼ਬੂਰ ਨਾਲ ਸਜਦੀ, ਜੰਨਤ ਵੀ ਸੁਣਿਆ ਹੂਰ ਨਾਲ ਸਜਦੀ। ਪਰ ਤਬੱਸਮ ਇਸ ਗੱਲ ਵਿੱਚ ਸ਼ੱਕ ਕਿਹੜਾ ਬਾਕੀ ਏ, ਤਬੱਸਮ ਇਸ ਗੱਲ ਵਿੱਚ ਸ਼ੱਕ ਕਿਹੜਾ ਬਾਕੀ ਏ, ਸਾਰੀ ਮਖਲੂਕ ਪਈ ਹਜ਼ੂਰ ਨਾਲ ਸਜਦੀ। ਤਬੱਸਮ ਇਸ ਗੱਲ ਵਿੱਚ ਸ਼ੱਕ ਕਿਹੜਾ ਬਾਕੀ ਏ, ਸਾਰੀ ਕਾਇਨਾਤ ਪਈ ਹਜ਼ੂਰ ਨਾਲ ਸਜਦੀ, ਉੱਚੀ ਸ਼ਾਨ ਵਾਲਾ ਆ ਗਿਆ, ਉੱਚੇ ਰੁਤਬੇ ਪਾਣ ਵਾਲਾ ਆ ਗਿਆ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਅੱਜ ਦਾ ਇਹ ਅਜ਼ੀਮ ਸ਼ਾਨ ਜਲਸਾ, ਜਿਨ੍ਹਾਂ ਜਿਨ੍ਹਾਂ ਦੋਸਤਾਂ ਨੇ ਇਹ ਤਰਤੀਬ ਦਿੱਤੀ, ਉਲਮਾਏ ਕਿਰਾਮ ਨੂੰ ਬੁਲਾਇਆ, ਮੈਂ ਚੂੰਕਿ ਅੱਜ ਜ਼ੋਰ ਵੇਲੇ ਵੀ ਮਗਰਬ ਵੇਲੇ ਵੀ ਪ੍ਰੋਗਰਾਮ ਸੀ, ਅਗਰ ਮੇਰੇ ਬਜ਼ੁਰਗ ਫੋਨ ਨਾ ਕਰਦੇ ਤਾਂ ਸ਼ਾਇਦ ਮੈਂ ਨਾ ਆਉਂਦਾ। ਵਜ੍ਹਾ ਇਹ ਸੀ ਕਿ ਉਲਮਾਏ ਕਿਰਾਮ ਮਾਸ਼ਾਅੱਲਾ ਤੇ ਲੈਣਾ ਲੱਗੀਆਂ ਨੇ, ਹਜ਼ਰਤ ਅਲਾਮਾ ਅਕਬਰ ਜ਼ਹੀਰ ਸਾਹਿਬ ਦੀ ਇਹ ਮੁਹੱਬਤ ਏ, ਅਤੇ ਸਾਡੇ ਬਜ਼ੁਰਗ ਬਾਬਾ ਜੀ ਮੁਹੰਮਦ ਨਜ਼ੀਰ ਸਾਹਿਬ, ਜਿਨ੍ਹਾਂ ਨੂੰ ਵੇਖ ਕੇ ਬੜਾ ਦਿਲ ਖੁਸ਼ ਹੁੰਦਾ ਹੈ, ਅਤੇ ਇਹ ਮੱਕਿਓਂ ਮਾਸ਼ਾਅੱਲਾ ਮਦੀਨਿਓਂ ਆਏ ਨੇ, ਔਰ ਇਹਨਾਂ ਦੀਆਂ ਦੁਆਵਾਂ ਅੱਲਾ ਪਾਕ ਕਬੂਲ ਕਰਦਾ ਹੈ ਇਸ ਮਜਲਸ ਵਿੱਚ ਨੇ। ਮੈਂ ਦੁਆ ਕਰਨਾ ਅੱਲਾ, ਜਿਵੇਂ ਸਾਡੇ ਬਜ਼ੁਰਗਾਂ ਨੂੰ ਤੂੰ ਉੱਥੇ ਲੈ ਗਿਆ ਹਾਜ਼ਰੀ ਇਹਨਾਂ ਦਿੱਤੀ ਹੈ, ਅੱਲਾ ਤੂੰ ਕਬੂਲ ਕਰ ਲੈ। ਯਾ ਅੱਲਾ ਇਸ ਮਜਲਸ ਵਿੱਚ ਇਹ ਜਿੰਨੇ ਵੀ ਆਏ ਨੇ ਨਾ, ਬੜੀ ਮੁਹੱਬਤ ਪਿਆਰ ਦੇ ਨਾਲ ਮੇਰੀਆਂ ਬੇਟੀਆਂ, ਮੇਰੀਆਂ ਰੂਹਾਨੀ ਮਾਵਾਂ ਭੈਣਾਂ, ਔਰ ਜਿੰਨੇ ਵੀ ਦੋਸਤ ਅਹਬਾਬ ਉਲਮਾਏ ਕਿਰਾਮ ਮੁਅੱਜ਼ਜ਼ ਉਲਮਾਏ ਕਿਰਾਮ, ਔਰ ਤੁਸੀਂ ਤਮਾਮ, ਅੱਲਾ ਕੋਲੋਂ ਦੁਆ, ਅੱਲਾ ਇਹਨਾਂ ਸਾਰਿਆਂ ਨੂੰ ਮੱਕਾ ਵੀ ਵਹਾ ਅਤੇ ਮਦੀਨਾ ਵੀ ਵਹਾ। ਨਹੀਂ ਹਾਲੀ ਠੱਠ ਨਹੀਂ ਆਇਆ, ਕਿਉਂ ਜੀ? ਅੱਲਾ ਪਾਕ ਆਪਣੇ ਫਜ਼ਲੋ ਕਰਮ ਦੇ ਨਾਲ ਸਾਰਿਆਂ ਨੂੰ ਮੱਕਾ ਔਰ ਮਦੀਨਾ ਵਹਾ। ਮੇਰੇ ਅੱਲਾ, ਇਹ ਬਜ਼ੁਰਗਾਂ ਦਾ ਜਾਣਾ, ਔਰ ਫਿਰ ਮਾਸ਼ਾਅੱਲਾ ਸਾਡੇ ਭਾਈ ਇਰਸ਼ਾਦ ਸਾਹਿਬ, ਜਿਨ੍ਹਾਂ ਦੇ ਬੇਟੇ ਤੋਹੀਦੁਰ ਰਹਿਮਾਨ ਨੇ ਬੜਾ ਜਾਨਦਾਰ ਔਰ ਬੜਾ ਸ਼ਾਨਦਾਰ ਖਿਤਾਬ ਵੀ ਫਰਮਾਇਆ, ਉਸ ਮਾਂ ਨੂੰ ਮੁਬਾਰਕ ਹੋਏ ਜਿਹਦੇ ਦੋ ਬੇਟੇ ਹਾਫਜ਼ੇ ਕੁਰਾਨ ਨੇ ਮਾਸ਼ਾਅੱਲਾ। ਅੱਲਾ ਤੁਹਾਡੇ ਬੱਚਿਆਂ ਨੂੰ ਵੀ ਹਾਫਜ਼ੇ ਕੁਰਾਨ ਬਣਾਏ, ਔਰ ਸਾਡੇ ਭਾਈ ਫਯਾਜ਼ ਸਾਹਿਬ, ਭਾਈ ਇਸਮਾਈਲ ਸਾਹਿਬ, ਔਰ ਦੀਗਰ ਵੀ ਤੁਸੀਂ ਜਿਹੜੇ ਦਾਏ ਬਾਏ ਤੋਂ ਬੜੀ ਮਿਹਨਤ ਨਾਲ ਬੜੀ ਮੁਹੱਬਤ ਨਾਲ ਤਸ਼ਰੀਫ ਲਿਆਇਓ, ਮਸਜਿਦ ਭਰੀ ਹੋਈ ਹੈ ਮਾਸ਼ਾਅੱਲਾ, ਤੁਸੀਂ ਅੱਲਾ ਦੇ ਘਰ ਨੂੰ ਭਰਿਆ, ਅੱਲਾ ਦੇ ਘਰ ਨੂੰ ਆਬਾਦ ਕੀਤਾ, ਅੱਲਾ ਤੁਹਾਡੇ ਘਰਾਂ ਨੂੰ ਆਬਾਦ ਫਰਮਾਏ। ਹਜ਼ਰਾਤ ਤਵੱਜੋ ਕਰਨਾ, ਜਿਹੜੀ ਮੈਂ ਆਇਤ ਪੜ੍ਹੀ ਹੈ ਸੂਰਾ ਮਾਇਦਾ ਹੈ, ਛੇਵਾਂ ਪਾਰ ਹੈ, ਅੱਲਾ ਕਰੀਮ ਨੇ ਆਪਣੀ ਕਿਤਾਬ ਮੁਬੀਨ ਕੁਰਾਨ ਮਜੀਦ ਦੇ ਅੰਦਰ ਅੱਲਾ ਕਰੀਮ ਨੇ ਫਰਮਾਇਆ, ਜਿਵੇਂ ਤੁਸਾਂ ਅਸ਼ਾਰ ਸੁਣੇ ਨੇ ਐਵੇਂ ਕੁਰਾਨ ਵੀ ਸੁਣਨਾ,
اللہ دا قرآن حضرت فرما رہے نے جی قرآن زیادہ سناؤ. زہ نصیب زہ نصیب. اج تے لوکی آندے نے بھائی قرآن رہن دیو یہ ترجمہ بھی نہ پڑھیا جی ہیں ایویں فتنے چ پی جاؤ گے. تے میں اج یہ دسنا ہے کہ قرآن پڑھنا چاہیے. اللہ کریم نے فرمایا اس آیت مبارکہ اندر اپنے پیارے محبوب دے صفاتی ناما چوں اے نام لے کے نا بڑا پیارا جیا فرمایا یا ایوہ الرسول. اللہ قرآن نو ساڈے دل دی بہار بنا دے ساڈے سینیاں نو منور فرما دے. فرمایا یا ایوہ الرسول بلغ ما انزل الیک من ربک وان لم تفعل فما بلغت رسالته والله يعصمك من النار. اے رسول اے میرے محترم جناب محمد صلی اللہ علیہ وسلم سر اتاں کر کے ذرا توجہ دے نال. اے میرے سونے اے میرے پیغمبر اے میرے رسول ہر رسول نبی ہوندا ہے ہر نبی رسول نہیں. اللہ نے میرے پیارے نبی نو نبی بھی بنایا ہے رسول بھی بنایا ہے خاتم الانبیاء بھی بنایا ہے امام الانبیاء بھی بنایا ہے رحمت للعالمین بھی بنایا ہے ساقی کوثر بھی بنایا ہے شافع معاشر بھی بنایا ہے. اللہ نے میرے محبوب نو شفیع المذنبین بھی بنایا ہے سید الاولین والآخرین بھی بنایا ہے. میرے محبوب نو پوری کائنات تاجدار تاجدار ختم نبوت بنایا ہے. تادی تے میرا اللہ فرما رہا ہے یا ایوہ الرسول یا ایوہ الرسول. اینا پیارا اندھا اللہ نو پیار ہی بڑے اپنے محبوب دے نال. اسی کیوں نہ پیار کریے جیدے نال پیار عرش والا رحمان فرما رہے یا ایوہ الرسول. اینا پیارا نال ہے کہ تے پیغام کی دیتے فرمایا بلغ قرآن دے الفاظ بلغ ما انزل الیک من ربک. اے میرے محبوب جی جو تواڈے رب نے تواڈے تے اتاریا ہے او کی ہے رب دا قرآن. سبحان اللہ. جو اللہ نے تواڈے تے اتاریا ہے جو تواڈے رب نے اور فرمایا ما انزل الیک من ربک اے جڑا کائنا اے دے وچ پیار دیاں لپٹاں آ رہی ہیں سبحان اللہ محبت دیاں خوشبواں آ رہی ہیں. ما انزل الیک من ربک تیرے رب نے محبوبہ تیرے رب نے جو تواڈے تے اتارے اگاں پہنچا دیو لوگاں تک پہنچا دیو. بلغ ما انزل الیک من ربی وان لم تفعل. ذرا غور نال سننا قرآن فرمایا محبوبہ جے تساں ایسا نہ کیتا اسی سمجھانگے ما بلغ تاری سالتا ما بلغ تاری سالتا سمجھانگے تساں رسالتا حق ہی ادا نہیں کیتا. اللہ اکبر. جو اساں تہاڈے تے اتارے گا پہنچا دیو تے جے تساں نہ پہنچایا ما بلغت رسالتا اسی سمجھاں گے تساں رسالت دا حق ہی ادا نہیں کیتا تیرا باقی رہا معاملہ تواڈے وعد و نصیحت دے اندر جڑیاں تکلیفاں آونیاں مصائب و علم آنے نے لوگ آنے نے دشمنیاں آؤں بڑھنیاں نے فرمایا واللہ یعصمک من النار. سبحان اللہ.
ਫਰਮਾਇਆ ਸੋਹਣਿਆ ਅਸੀਂ ਤੁਹਾਡੀਆਂ ਹਿਫਾਜ਼ਤਾਂ ਕਰਾਂਗੇ, ਮਹਬੂਬਾ ਲੋਕਾਂ ਦੇ ਕੋਲੋਂ ਅਸੀਂ ਤੁਹਾਡੀਆਂ ਹਿਫਾਜ਼ਤਾਂ ਕਰਾਂਗੇ। ਹੁਣ ਮੈਂ ਤੁਹਾਨੂੰ ਦੱਸਣਾ ਕੀ ਚਾਹੁੰਦਾ ਵਾਂ, ਅਰਸ਼ ਵਾਲੇ ਰਹਿਮਾਨ ਨੇ ਜਿਹੜੀ ਡਿਊਟੀ ਲਾਈ ਮੇਰੇ ਮਹਬੂਬ ਦੀ, ਤੁਸੀਂ ਸਾਰੇ ਅੱਜ ਗਵਾਹੀ ਦਿਓ ਅੱਲਾਹ ਦੇ ਫਜ਼ਲੋ ਕਰਮ ਦੇ ਨਾਲ ਮੇਰੇ ਮਹਬੂਬ ਨੇ ਉਹ ਪੈਗਾਮ ਪਹੁੰਚਾਇਆ ਕਿ ਨਹੀਂ ਪਹੁੰਚਾਇਆ? ਕਿਉਂ ਬਾਬਾ ਜੀ, ਪਹੁੰਚਾਇਆ ਕਿ ਨਹੀਂ ਪਹੁੰਚਾਇਆ? ਆਖੋ ਪਹੁੰਚਾਇਆ ਯਾਰ, ਉਹ ਹਜ਼ੂਰ ਦੇ ਹੱਕ ਵਿੱਚ ਗਵਾਹੀ ਸਾਡੀ। ਫਰਮਾਇਆ ਅੱਲਾਹ ਦੇ ਨਬੀ ਨੇ ਪਹੁੰਚਾਇਆ, ਦਿਨ ਵੀ ਰਾਤ ਵੀ ਸੁਬਹ ਵੀ ਸ਼ਾਮ ਵੀ, ਕਦੀ ਮੱਕਾ ਅੰਦਰ ਕਦੀ ਮਦੀਨਾ ਅੰਦਰ, ਕਦੀ ਮੱਕਾ ਦੇ ਮੁਜ਼ਾਫਾਤ ਕਦੀ ਮਦੀਨਾ ਦੇ ਮੁਜ਼ਾਫਾਤ, ਕਦੀ ਬਦਰ ਅੰਦਰ ਉਹਦ ਅੰਦਰ ਹੁਨੈਨ ਅੰਦਰ ਖੰਦਕ ਅੰਦਰ, ਕਦੀ ਕਿਸ ਇਲਾਕਾ ਦੇ ਅੰਦਰ ਹਜ਼ੂਰ ਨੇ ਪੈਗਾਮ ਪਹੁੰਚਾਇਆ। ਆਖਰ ਪਹੁੰਚਾਉਂਦਿਆਂ ਪਹੁੰਚਾਉਂਦਿਆਂ ਪਤਾ ਕੀ ਨੌਬਤ ਆ ਗਈ, ਜ਼ਮੀਨ ਦੇ ਕਿਨਾਰਿਆਂ ਤੱਕ ਲਾ ਇਲਾਹਾ ਇਲੱਲਾ ਦੀਆਂ ਧੁੰਮਾਂ ਪੈ ਗਈਆਂ। ਔਰ ਆਪਨੇ ਫਰਮਾਇਆ ਕੁਰਾਨ ਮਜੀਦ, ਫਰਮਾਇਆ ਵਕਾਤਿਲੂਹੁਮ ਹੱਤਾ ਲਾ ਤਕੂਨ ਫਿਤਨਾ ਵਯਕੂਨ ਅਦ-ਦੀਨ ਕੁੱਲੁਹੁ ਲਿਲਾਹ। ਨਾਰਾਏ ਤਕਬੀਰ, ਸ਼ਾਨੇ ਕੁਰਾਨ, ਅਜ਼ਮਤੇ ਕੁਰਾਨ, ਹਜ਼ਰਤ ਮੌਲਾਨਾ ਯੂਸਫ ਤਬੱਸਮ ਸਾਹਿਬ। ਹਜ਼ੂਰ ਨੇ ਕੋਈ ਕਮੀ ਨਹੀਂ ਛੱਡੀ, ਪੈਗਾਮ ਪਹੁੰਚਾਉਂਦਿਆਂ ਪਹੁੰਚਾਉਂਦਿਆਂ ਜ਼ਮੀਨ ਦੇ ਕਿਨਾਰਿਆਂ ਤੱਕ ਇਹ ਕਲਮਾ ਪਹੁੰਚਿਆ ਅਤੇ ਹਰ ਤਰਫ ਆਪਨੇ ਫਰਮਾਇਆ, ਮੈਂ ਉਦੋਂ ਤੱਕ ਇਹ ਪੈਗਾਮ ਦਿੰਦਾ ਰਹਾਂਗਾ ਜਦੋਂ ਤੱਕ ਪੂਰੀ ਦੁਨੀਆ ਵਿੱਚ ਅੱਲਾਹ ਅੱਲਾਹ ਨਹੀਂ ਹੋ ਜਾਂਦੀ। ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ, ਜੇ ਬੁੱਤ ਨੇ 313 ਬੈਤੁੱਲਾ ਵੇ ਲਾ ਇਲਾਹਾ ਇਲੱਲਾ, ਜੇ ਘਰਾਂ ਵਿੱਚ ਬੁੱਤ ਨੇ ਲਾ ਇਲਾਹਾ ਇਲੱਲਾ, ਹਰ ਪਾਸੇ ਸੁਹਾਗਾ ਫੇਰ ਕੇ ਰੱਖ ਦਿੱਤਾ। ਅਲਾਮਾ ਇਕਬਾਲ ਨੂੰ ਸਮਝ ਆਈ, ਲੋਕਾਂ ਨੂੰ ਸਮਝ ਨਾ ਆਈ, ਆਂਦਨੇ ਯੇ ਕਲਮਾ ਲਾ ਇਲਾਹਾ ਇਲੱਲਾ, ਯੇ ਕਲਮਾ ਫਸਲੇ ਗੁਲੋ ਲਾਲਾ ਕਾ ਨਹੀਂ ਪਾਬੰਦ, ਕਿ ਵਕਤ ਦੇ ਹਾਕਮਾਂ ਕੋਲੋਂ ਡਰ ਕੇ ਬੰਦਾ ਛੁਪ ਜਾਏ। ਯੇ ਕਲਮਾ ਫਸਲੇ ਗੁਲੋ ਲਾਲਾ ਕਾ ਨਹੀਂ ਪਾਬੰਦ, ਬਹਾਰ ਹੋ ਕੇ ਖਜ਼ਾ ਲਾ ਇਲਾਹਾ ਇਲੱਲਾ ਇਲਾਹਾ ਇਲੱਲਾ। ਔਰ ਜਬ ਬੁੱਤੋਂ ਹੋ ਜਮਾਤ ਕੀ ਆਸ ਤੀਨੋਂ ਮੇਂ, ਮੁਝੇ ਹੁਕਮ ਹੈ ਆਜ਼ਾ ਲਾ ਇਲਾਹਾ ਇਲੱਲਾ ਇਲਾਹਾ ਇਲੱਲਾ। ਮੇਰੇ ਮਹਬੂਬ ਨੇ ਅੱਲਾ ਦੀ ਤਰਫੋਂ ਜਿਹੜੇ ਪੈਗਾਮ ਆਏ ਨੇ ਉਹਨਾਂ ਨੂੰ ਛੁਪਾਇਆ ਨਹੀਂ, ਤੁਸੀਂ ਗਵਾਹ ਹੋ ਨਾ, ਛੁਪਾਇਆ ਨਹੀਂ। ਬਲਕਿ ਆਓ ਮੈਂ ਤੁਹਾਨੂੰ ਦੱਸਾਂ, ਅੱਜ ਤੋਂ 1400 ਸਾਲ ਪਹਿਲੇ ਸੀਰਤ ਅਤੇ ਹਦੀਸ ਦੀਆਂ ਕਿਤਾਬਾਂ ਗਵਾਹ ਨੇ, ਬੜਾ ਜਲੀ ਕਰਕੇ ਲਿਖੀ ਹੈ ਅਲਾਮਾ ਇਬਨ ਕਯਮ ਨੇ ਜ਼ਾਤੁਲ ਮਾਦ ਅੰਦਰ ਔਰ ਤਫਸੀਰ ਕੁਰਾਨ ਅੰਦਰ ਔਰ ਅਲਬਦਾਇਆ ਵਨਹਾਇਆ ਅੰਦਰ, ਕਿ ਮੇਰੇ ਮਹਬੂਬ ਪੈਗੰਬਰ ਨੇ ਮੈਦਾਨ ਅਰਫਾਤ ਵਿੱਚ ਹੱਜ ਪੜਨ ਵਾਸਤੇ ਆਪ ਗਏ। ਹੱਜਤੁਲ ਵਿਦਾ, ਜਰਾ ਗੌਰ ਕਰਨਾ, ਹੱਜਤੁਲ ਵਿਦਾ ਦਾ ਮੌਕਾ, ਤੇ ਮੇਰੇ ਮਹਬੂਬ ਪੈਗੰਬਰ ਨੇ ਸਾਰੇ ਜੰਮੇ ਗਫੀਰ ਨੂੰ ਠਾਂ ਠਾਂ ਮਾਰਦਾ ਹੋਇਆ ਸਮੁੰਦਰ ਮੁਸਲਮਾਨਾਂ ਦਾ, ਤੇ ਮੇਰੇ ਮਹਬੂਬ ਪੈਗੰਬਰ ਅਲੈਹਿ ਸਲਾਤੁ ਵਸਲਾਮ ਅੱਜ ਆਪਣੀ ਕਮਾਈ ਵੇਖ ਕੇ ਲੋਕਾਂ ਨੂੰ ਵੇਖ ਕੇ ਆ ਫਰਮਾਉਂਦੇ ਨੇ, ਮੈਨੂੰ ਇਹ ਦੱਸੋ ਤੁਹਾਨੂੰ ਮੇਰੇ ਬਾਰੇ ਅੱਲਾ ਪੁੱਛੇਗਾ ਤੇ ਕੀ ਜਵਾਬ ਦਿਓ? ਰਹਿਮਤ ਕੌਣ ਹੈ? ਅਲੈਹਿ ਸਲਾਮ ਫਰਮਾ ਰਹੇ ਨੇ, ਭੱਟੀ ਸਾਹਿਬ ਅੱਲਾਹ ਪਾਕ ਫਰਮਾ ਰਹੇ ਨੇ, ਸੋਹਣਿਆ ਸੋਹਣੇ ਨਬੀ ਫਰਮਾ ਰਹੇ ਨੇ, ਮੇਰੇ ਸਿਹਾਬਾ ਮੁਸਲਮਾਨੋ ਤੁਹਾਨੂੰ ਮੇਰੇ ਬਾਰੇ ਅੱਲਾਹ ਪੁੱਛੇਗਾ, ਤੁਸੀਂ ਕੀ ਜਵਾਬ ਦਿਓਗੇ? ਤੇ ਸਾਰਿਆਂ ਨੇ ਕਿਹਾ ਕਾਲੂ ਨਸ਼ਹਦੁ ਅੰਨਕਾ ਕਦ ਬੱਲਵਤਾ ਵਨਸਹਤਾ ਵਦਈਤਾ, ਸੋਹਣਿਆ ਅਸੀਂ ਗਵਾਹੀ ਦੇਵਾਂਗੇ ਤੁਸਾਂ ਪੁਚਾ ਵੀ ਛੱਡਿਆ ਹੈ, ਸਮਝਾ ਵੀ ਛੱਡਿਆ ਹੈ, ਹੱਕ ਵੀ ਅਦਾ ਕਰ ਛੱਡਿਆ, ਤੁਹਾਂ ਦੇ ਕੋਈ ਕਮੀ ਰਹਿਣ ਦਿੱਤੀ ਨਹੀਂ। ਪਰ ਮੇਰੇ ਮਹਬੂਬ ਨੇ ਇੰਨੇ ਪਿਆਰੇ ਲਫ਼ਜ਼ਾਂ ਦੇ ਅੰਦਰ ਇਹ ਪੈਗਾਮ ਪਹੁੰਚਾਇਆ,
اللہ اکبر۔ صحابہ کہنے لگے، پھر آثار نمودار ہونے شروع ہو گئے نا حضور دے جان دے۔ فرمایا سونے، پھر انہیں دعوت آئے کام کون کرے گا؟ تے میرے محبوب پیغمبر نے فرمایا، میرے جان دے بعد اے دعوت دا کام میری امت کو رب لے۔ سبحان اللہ، سبحان اللہ، سبحان اللہ، میری امت کو رب اے کام لے گا۔ تے جے میں اج مجلس وچ پوچھاں، ایمان نال دسے اج رب دے گھر وچ بیٹھے ہو، اج کسے بندے نے کسے بندے نو آکھیا نماز پڑھیا کر؟ بھائی یہ سارا ساڈے تے بلڈن پا چھڑیا جی، مولوی صاحب تو ہی جانو، تے باز بھی تے قرآن بھی سارے، سانو کوئی نہیں۔ او میرے مصطفیٰ دا ہر امتی دائی ہے، مبلغ ہے، او مبلغ بن جاؤ دائی۔ نبی اور ہونا ہے کوئی؟ کیوں جی، نبی اور؟ تے نبی اور کوئی نہیں، تے دین، نہ دین اور ہونا ہے نہ نبی اور ہونا ہے۔ اے اللہ نے امت کو کم لینا ہے دعوت دا۔ کیا تساں اج سارے دن وچ آکھیا کسے نوں جھوٹ نہ بولیا کر؟ تساں اج کسے نوں آکھیا نماز پڑھیا کر؟ تساں اج کسے نوں آکھیا اپنی بیٹی بہن نوں پردہ کریا کرو؟ تساں اج آکھیا کسے نوں سود نہ کھاؤ؟ تساں اج کسے نوں آکھیا بدکاری نہ کرو؟ تساں اج کسے نوں آکھیا شراب نہ پیو؟ تے پھر کل قیامت والے دن حوض کوثر دا پانی پھر پینا کیویں کیویں ممکن ہے؟ حضرات امتی بنو، دائی بنو، دائی رحمت کونین علیہ الصلوۃ والسلام دعوت دے دے گئے۔ اللہ دا قرآن سننا، فرمایا ولتکم منکم امت یدعون الی الخیر۔ ایک جماعت ایسی ہونی چاہی دی، میں اس مقام تے بابا جی بزرگ نذیر صاحب دی موجودگی اندر، حضرت علامہ اکبر ظہیر صاحب فیاض صاحب دی موجودگی اندر یہ بات کہہ رہا ہاں۔ توجہ کرے، اج میں دعا کرنا اللہ سانو او جڑی حق والی جماعت جنوں قرآن نے آکھیا ولتکم منکم امت یدعون الی الخیر ویامرون بالمعروف وینہون عن المنکر۔ نعرہ تکبیر، نعرہ مسلک حق اہل حدیث، علماء اہل حدیث، حضرت مولانا منیب الرحمن راسخ صاحب۔ ماشاءاللہ، ماشاءاللہ، ذرا جاگو بھی جاگو انشاءاللہ۔ اصل خطاب میرے بعد ہونا ہے اللہ دے فضل و کرم دے نال، تے بڑیاں رونقاں لگن گیاں۔ اللہ پاک قبول فرمائے سارے علماء کرام دانا۔ توجہ کرنا، فرمایا او جماعت، او جماعت، فرمایا جیڑی حق دے رہے گی تے اللہ سانو بھی وہ شامل کر لے، من وان سارے اسی دائی بن جائیے۔ تسی اپنے ملان دے اندر، اپنے محلے دے اندر، اپنی گلی دے اندر، اپنے گھر دے اندر او دین دی دعوت دیو گے کہ نہیں دیو گے؟ سجا ہاتھوں تو کرو ہاں پلا۔ اب مارا کیمرہ نہ سارے نو محفوظ کر، پتہ کوئی نہیں کل کنے رہنا کنے نہیں، تے پھر ویکھن دے صحیح نہ سارے ہاتھ کھڑا کرو۔ آ پگ والا جڑا بندہ نا ضرور وچ ہونا چاہیے، بیلی ہے اپنا، ماشاء اللہ۔ اوے دین دی دعوت دیو گے؟ کریا کریا، بستی بستی قرآن دی دعوت دیو گے؟ حضور دے فرمان دی دعوت۔ تے فرمایا تہاڈیاں تعریفاں پھر اللہ کردا ہے، سننا قرآن، فرمایا کنتم خیر امہ، ایک ایک لفظ دیاں نیکیاں جے قرآن، کنتم خیر امہ اخرجت للناس تأمرون بالمعروف وتنہون عن المنکر وتؤمنون باللہ۔ فرمایا تو
ਤੁਸੀਂ ਬਿਹਤਰੀਨ ਉਮਤ ਹੋ। ਇਸ ਵਜ੍ਹਾ ਤੋਂ ਤੁਸੀਂ ਲੋਕਾਂ ਨੂੰ ਨੇਕੀ ਦਾ ਹੁਕਮ ਕਰਦੇ ਹੋ, ਬੁਰਾਈ ਤੋਂ ਮਨਾ ਕਰਦੇ ਹੋ। ਅੱਲਾ ਵਾਲਿਓ ਤੁਹਾਡੀਆਂ ਤਾਰੀਫਾਂ ਅਰਸ਼ ਵਾਲਾ ਰਹਿਮਾਨ ਕਰ ਰਿਹਾ। ਫਰਮਾਇਆ ਅਯੂ ਹਰ ਰਸੂਲ ਬੱਲਿਗ ਮਾ ਉਨਜ਼ਿਲ ਇਲੈਕ ਮਿਨ ਰੱਬੀ ਵਇਨ ਲਮ ਤਫਅਲ ਫਮਾ ਬੱਲਗਤ ਰਿਸਾਲਤ ਵੱਲਾਹੁ ਯਾਸਿਮੁਕ ਮਿਨ ਸੁਣਿਆ। ਤੁਸੀਂ ਇਹ ਪੈਗਾਮ ਲੋਕਾਂ ਤੱਕ ਪਹੁੰਚਾਓ ਜੋ ਅਸਾਂ ਤੁਹਾਡੇ 'ਤੇ ਉਤਾਰਿਆ। ਸੁਣੋ ਹੁਣ, ਅੰਮਾ ਜੀ ਆਇਸ਼ਾ ਸਿੱਦੀਕਾ ਤਾਹਿਰਾ ਤਈਬਾ, ਅੰਮਾ ਜੀ ਦਾ ਮੈਂ ਨਾਮ ਲੈਣ ਲੱਗਾ, ਕਹੋ ਰਜ਼ੀ ਅੱਲਾਹੁ ਤਾਲਾ ਉਮੁਲ ਮੋਮਿਨੀਨ। ਅੰਮਾ ਜੀ ਆਇਸ਼ਾ ਸਿੱਦੀਕਾ ਫਰਮਾਉਂਦੀਆਂ ਨੇ ਰਜ਼ੀ ਅੱਲਾਹੁ ਤਾਲਾ ਮੇਰੇ ਮਹਬੂਬ ਪੈਗੰਬਰ ਨੂੰ ਨੀਂਦ ਨਹੀਂ ਆ ਰਹੀ। ਪੜ੍ਹ ਲਓ ਤਫਸੀਰੇ ਕੁਰਾਨ, ਆਪ ਨੂੰ ਨੀਂਦ ਨਹੀਂ ਆ ਰਹੀ। ਅੰਮਾ ਜੀ ਫਰਮਾਉਂਦੀਆਂ ਨੇ ਬੇਚੈਨ ਬੇਚੈਨ ਮੇਰੇ ਮੁਸਤਫਾ ਨੇ ਫਿਕਰ ਲੱਗੀ ਹੋਈ। ਅਤੇ ਮੈਂ ਆਖਿਆ ਹਜ਼ੂਰ ਤੁਸੀਂ ਪਰੇਸ਼ਾਨ ਕਿਉਂ ਹੋ? ਬੀਵੀਆਂ ਉਹ ਜਿਹੜੀਆਂ ਆਪਣੇ ਖਾਮਦ ਨੂੰ ਪਰੇਸ਼ਾਨ ਵੇਖ ਕੇ ਅਤੇ ਪਰੇਸ਼ਾਨ ਹੋ ਜਾਣ, ਉਹਦੀ ਪਰੇਸ਼ਾਨੀ ਦਾ ਮੁਦਾਵਾ ਕਰਨ, ਜਿਵੇਂ ਅੰਮਾ ਜੀ ਖਦੀਜਾ ਨੇ ਫਰਮਾਇਆ ਸੀ ਕੱਲਾ ਬਸ਼ਿਰ ਵੱਲਾ ਲਾ ਯੁਹਜ਼ੀ ਕੱਲਾ ਹੋ ਅਬਦਾ ਵੱਲਾ ਇੰਨਾ ਕਲਾ ਤਸਿਲ ਰਹਿਮਾ। ਮਹਬੂਬਾ ਤੁਸੀਂ ਅੱਲਾ ਦੀ ਕਸਮੇ ਤੁਹਾਨੂੰ ਅੱਲਾ ਜ਼ਾਇਆ ਨਹੀਂ ਕਰੇਗਾ, ਅੱਲਾ ਦੀ ਕਸਮੇ ਅੱਲਾ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ, ਅੱਲਾ ਦੀ ਕਸਮੇ ਅੱਲਾ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ। ਜ਼ਰਾ ਆਏ ਹੋ ਨਾ ਹੁਣ, ਜ਼ਰਾ ਤਵੱਜੋ ਕਰਨਾ, ਰਾਤ ਬੜੀ ਪਈ ਹੈ। ਅੱਲਾ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ। ਬੀਵੀ ਉਹ ਜਿਹੜੀ ਖਾਮਦ ਨੂੰ ਰਾਜ਼ੀ ਰੱਖੇ, ਖਾਮਦ ਪਰੇਸ਼ਾਨ ਹੈ ਅਤੇ ਬੀਵੀ ਉਹਦੀ ਪਰੇਸ਼ਾਨੀ ਦਾ ਮੁਦਾਵਾ ਕਰੇ। ਹਜ਼ਰਤ ਅੰਮਾ ਆਇਸ਼ਾ ਸਿੱਦੀਕਾ ਫਰਮਾਉਂਦੀਆਂ ਨੇ ਸੁਣਿਓ ਪਰੇਸ਼ਾਨ ਕਿਉਂ? ਆ ਫਰਮਾਦੇ ਨੇ ਕਾਲ ਅੱਜ ਕੋਈ ਮੁਖਲਸ ਮੋਮਿਨ ਮੇਰਾ ਪਹਿਰਾਦਾਰ ਬਣਦਾ। ਅੰਮਾ ਜੀ ਫਰਮਾਉਂਦੀਆਂ ਇੰਨੀ ਦੇਰ ਨੂੰ ਮੈਂ ਵੇਖਿਆ ਹਥਿਆਰਾਂ ਦੀ ਛਨਕਾਰ ਮੇਰੇ ਕੰਨਾਂ ਵਿੱਚ ਪਈ, ਵੇਖਿਆ ਤੇ ਹਜ਼ਰਤ ਸਾਦ ਬਿਨ ਮਾਲਕ ਜਿਹੜੇ ਕੁਨੀਅਤ ਨਾਲ ਮਸ਼ਹੂਰ ਨੇ, ਸਾਦ ਬਿਨ ਅਬੀ ਵਕਾਰ, ਸਾਦ ਬਿਨ ਮਾਲਕ ਆਪਣੇ ਸਾਥੀ ਨਾਲ ਲੈ ਕੇ ਹਥਿਆਰਾਂ ਦੇ ਨਾਲ ਮੁਸੱਲਾ ਹੋ ਕੇ ਤਸ਼ਰੀਫ ਲਿਆ ਰਹੇ ਨੇ, ਮੇਰੇ ਮੁਸਤਫਾ ਦਾ ਪਹਿਰਾ ਦੇ ਰਹੇ ਨੇ। ਅੰਮਾ ਜੀ ਫਰਮਾਉਂਦੀਆਂ ਨੇ ਹਜ਼ੂਰ ਬੜੀ ਪਿਆਰੀ ਨੀਂਦ ਸੌ ਗਏ। ਹਜ਼ਰਤ ਸਾਦ ਮੈਂ ਤੇਰੀ ਅਜ਼ਮਤ ਤੋਂ ਕੁਰਬਾਨ ਜਾਵਾਂ, ਇਹ ਕੌਣ ਸਾਦ ਨੇ ਜਿਨ੍ਹਾਂ ਦਾ ਜਨਾਜ਼ਾ ਪੜ੍ਹਨ ਵਾਸਤੇ ਅੱਲਾ ਨੇ ਆਸਮਾਨ ਤੋਂ ਫਰਿਸ਼ਤਿਆਂ ਨੂੰ ਨਾਜ਼ਲ ਫਰਮਾਇਆ? ਜਨਾਜ਼ਾ ਮੇਰਾ ਵੀ ਹੋਣਾ, ਤੁਹਾਡਾ ਵੀ ਹੋਣਾ, ਅਤੇ ਕਈ ਜਨਾਜ਼ੇ ਬਗੈਰ ਵੁਜ਼ੂ ਤੋਂ ਪੜ੍ਹੇ ਜਾਣੇ, ਭੱਜ ਕੇ ਨਸ ਕੇ ਆਣ ਕੇ ਲੋਕ ਜਨਾਜ਼ੇ ਨਾਲ ਰਲ ਜਾਂਦੇ। ਉਹ ਵੁਜ਼ੂ ਕਰਿਆ ਕਰੋ ਅਤੇ ਜਨਾਜ਼ੇ ਪੜ੍ਹਾਉਣ ਵਾਲੇ ਕਈ ਅੱਲਾ ਮੁਆਫ ਫਰਮਾਏ। ਮੁਸ਼ਰਫ ਅਤੇ ਬਿਦਤੀ ਅਤੇ ਨਸੀਬਾਂ ਵਾਲੇ ਜਿਨ੍ਹਾਂ ਦਾ ਜਨਾਜ਼ਾ ਕੋਈ ਮੁਵਾਹਿਦ ਪੜਾ ਹੈ ਅਤੇ ਆਸਮਾਨ ਤੋਂ ਫਰਿਸ਼ਤੇ ਆ ਰਹੇ ਨੇ, ਤਵੱਜੋ ਕਰਨਾ, ਪਰੇਸ਼ਾਨ ਨਹੀਂ ਹੋਣਾ। ਨਾ ਜਨਾਜ਼ਾ ਅਦਾ ਕਰਨ ਵਾਸਤੇ ਫਰਿਸ਼ਤੇ ਅੱਲਾ ਨੇ ਨਜ਼ੂਲ ਫਰਮਾਇਆ। ਆਈਏ ਜ਼ਰਾ ਗੌਰ ਕਰਨਾ, ਮੇਰੇ ਮਹਬੂਬ ਦਾ ਪਹਿਰਾ ਦੇ ਰਹੇ ਨੇ ਤੇ ਫਿਰ ਜਦੋਂ ਐਤ ਨਾਜ਼ਲ ਹੋਈ ਯਾ ਅਯੂ ਹਰ ਰਸੂਲ ਬੱਲਿਗ ਮਾ ਉਨਜ਼ਿਲ ਇਲੈਕ ਮਿਨ ਰੱਬੀ ਵਇਨ ਲਮ ਤਫਅਲ ਫਮਾ ਬੱਲਗਤ ਰਿਸਾਲਤ ਵੱਲਾਹੁ ਯਾਸਿਮੁਕ ਮਿਨ ਨਾਸ। ਅੰਮਾ ਜੀ ਫਰਮਾਉਂਦੀਆਂ ਜਦੋਂ ਐਤ ਨਾਜ਼ਲ ਹੋਈ ਤੇ ਮੇਰੇ ਮਹਬੂਬ ਨੇ ਆਪਣਾ ਰੁਖੇ ਮੁਬਾਰਕ, ਆਪਣਾ ਰੁਖੇ ਜ਼ੇਬਾ, ਆਪਣਾ ਮੁਖੜਾ ਖੇਮੇ ਤੋਂ ਬਾਹਰ ਕੱਢ ਕੇ ਨਾ ਆਪਨੇ ਫਰਮਾਇਆ ਜਾਮੇ ਤਿਰਮਜ਼ੀ, ਆਪਨੇ ਆਪਣਾ ਰੁਖੇ ਮੁਬਾਰਕ, ਮੈਂ ਹਜ਼ੂਰ ਦੇ ਚਿਹਰੇ ਮੁਬਾਰਕ ਦੀ ਤਸ਼ਬੀਹ ਕਿਹੜੀ ਸ਼ਹਿਰ ਅਲ ਦਿਆਂ? ਜਾਗਣਾ ਜ਼ਰਾ, ਤਵੱਜੋ ਕਰਨਾ, ਕੋਈ ਸ਼ੈ ਐਸੀ ਹੈ ਹੀ ਨਹੀਂ ਮੈਂ ਕਹਾਂ ਕਿ ਜਿਹਦੇ ਜੈਸਾ ਮੇਰੇ ਮਹਬੂਬ ਦਾ ਮੁਖੜਾ ਸੀ। ਅੱਲਾ ਕਾਰੀ ਅਬਦੁਲ ਹਫੀਜ਼ ਸਾਹਿਬ ਦੀ ਕਬਰ ਨੂੰ ਮੁਨੱਵਰ ਫਰਮਾਏ। ਅੱਲਾ ਉਲਮਾਏ ਸਲਫ ਸਾਲਹੀਨ ਜਿਹੜੇ ਗੁਜ਼ਰ ਗਏ ਨੇ, ਅੱਲਾ ਉਹਨਾਂ ਦੀਆਂ ਕਬਰਾਂ ਨੂੰ ਜੰਨਤ ਦੇ ਬਾਗ ਬਣਾਏ। ਅਤੇ ਕਾਰੀ ਅਬਦੁਲ ਹਫੀਜ਼ ਕਿਆ ਬਾਤ ਹੈ, ਅੱਲਾ ਤੇਰੀ ਰੂਹ ਨੂੰ ਅੱਲਾ ਇਲੀਯੀਨ ਵਿੱਚ ਅੱਲਾ ਪਹੁੰਚਾਏ। ਉਹਨਾਂ ਨੇ ਬੜੇ ਪਿਆਰ ਨਾਲ ਕਹਿਣਾ ਚੰਨ ਮੇਰੇ ਹਜ਼ੂਰ ਮੰਨਣਾ ਪੈਗਾ ਜ਼ਰੂਰ। ਆਉਂਦੇ ਹੋ ਨਾ ਪਿਆਰ ਨਾਲ, ਉਹ ਮੇਰੇ ਚੰਨ, ਉਹ ਮੇਰੇ ਪਿਆਰੇ ਚੰਨ ਮੇਰੇ ਹਜ਼ੂਰ ਮੰਨਣਾ ਪੈਗਾ ਜ਼ਰੂਰ।
ਪੁਚਾ ਦਿਓ ਤੁਸੀਂ ਵੀ ਸਮਝ ਲਓ ਗੌਰ ਦੇ ਨਾਲ। ਚੰਨ ਮੇਰੇ ਹਜ਼ੂਰ ਮੰਨਣਾ ਪੈਗਾ ਜ਼ਰੂਰ, ਚੰਨ ਮੇਰੇ ਹਜ਼ੂਰ ਮੰਨਣਾ ਪੈਗਾ ਜ਼ਰੂਰ, ਕੋਈ ਨਹੀਂ ਉਹਦੀ ਸ਼ਾਨ ਦਾ। ਚੰਨ ਮੇਰੇ ਹਜ਼ੂਰ ਮੰਨਣਾ ਪੈਗਾ ਜ਼ਰੂਰ, ਕੋਈ ਨਹੀਂ ਉਹਦੀ ਸ਼ਾਨ ਦਾ। ਔਰ ਫਰਮਾਇਆ ਮੇਰੀ ਅੱਖੀਆਂ ਦਾ ਨੂਰ ਮੇਰੇ ਦਿਲ ਦਾ ਸੁਰੂਰ, ਰਹਿਮਤ ਆਲਮ ਜਨਾਬੇ ਮੁਹੰਮਦ ਰੌਚੀ ਕਹਿਦਰਾ ਸੱਲੱਲਾ ਸੱਲਮ, ਮੇਰੀ ਅੱਖੀਆਂ ਦਾ ਨੂਰ ਮੇਰੇ ਦਿਲ ਦਾ ਸੁਰੂਰ, ਮੇਰੀ ਅੱਖੀਆਂ ਦਾ ਨੂਰ ਮੇਰੇ ਦਿਲ ਦਾ ਸੁਰੂਰ, ਕੋਈ ਨਹੀਂ ਉਹਦੀ ਸ਼ਾਨ ਦਾ। ਔਰ ਫਰਮਾਇਆ ਉਹਦੀ ਜੁੱਤੀ ਤੋਂ ਮੈਂ ਪੱਗ ਵਾਰਾ, ਉਹਦੀ ਜੁੱਤੀ ਤੋਂ ਮੈਂ ਪੱਗ ਵਾਰਾ, ਅਜੇ ਨਾ ਹੱਕ ਅਦਾਈ ਸਾਰੀ ਜਮਾਤ ਖੇਸ ਕਬੀਲਾ ਨਾਲੇ ਬਹਿਣਾ ਬਾਈ, ਅਜੇ ਲੱਥਾ ਨੀ ਚਾਹ ਮੇਰੇ ਸੋਹਣੇ ਵੀਰਾ, ਅਜੇ ਲੱਥਾ ਨੀ ਚਾਹ ਮੇਰੇ ਸੋਹਣੇ ਵੀਰਾ, ਕੋਈ ਨਹੀਂ ਉਹਦੀ ਸ਼ਾਨ ਦਾ। ਨਾਤ ਨਬੀ ਦੀ ਪੜਦਾ ਪੜਦਾ, ਖਾਲੀ ਸਾਹਿਬ ਫਰਮਾਇਆ ਕਰ, ਨਾਤ ਨਬੀ ਦੀ ਪੜਦਾ ਪੜਦਾ, ਜੇਕਰ ਮੈਂ ਮਰ ਜਾਵਾਂ ਕਸਮ ਖੁਦਾ ਦੀ ਸੌ ਸੌ ਵਾਰੀ ਰੱਬ ਦਾ ਸ਼ੁਕਰ ਅਦਾ, ਬਣ ਜੇ ਕਾਰੀ ਦੀ ਗੱਲ ਹੋਏ ਰੱਬ ਦਾ ਫਜ਼ਲ, ਬਣ ਜੇ ਕਾਰੀ ਦੀ ਗੱਲ ਹੋਏ ਰੱਬ ਦਾ ਫਜ਼ਲ, ਕੋਈ ਨਹੀਂ ਉਹਦੀ ਸ਼ਾਨ ਦਾ। ਮੇਰੇ ਮਹਿਬੂਬ ਨੇ ਆਪਣਾ ਚਿਹਰਾ ਮੁਬਾਰਕ ਖੈਮੇ ਤੋਂ ਬਾਹਰ ਕਰਕੇ ਨਾ ਫਰਮਾਇਆ, ਯਾ ਅਯੂਹਨ ਨਾਸ ਇਨਸਾਰਿਫੂ, ਫਰਮਾਇਆ ਲੋਗੋ ਚਲੇ ਜਾਓ, ਹਜ਼ੂਰ ਤੁਹਾਨੂੰ ਗਾਰਡ ਦੀ ਲੋੜ ਨਹੀਂ, ਪਹਿਰੇਦਾਰ ਦੀ ਲੋੜ ਨਹੀਂ। ਫਰਮਾਇਆ ਫਕਦ ਆਸਮਨੀ ਅੱਲਾ, ਮੇਰਾ ਮੁਹਾਫਿਜ਼ ਮੇਰਾ ਅੱਲਾ ਹੈ। ਉੱਚੀ ਕਹਿ ਮੇਰਾ ਮੁਹਾਫਿਜ਼ ਮੇਰਾ ਅੱਲਾ ਹੈ, ਫਿਰ ਉੱਚੀ ਕਹਿ ਮੇਰਾ ਮੁਹਾਫਿਜ਼ ਮੇਰਾ ਅੱਲਾ ਹੈ। ਫਰਮਾਇਆ ਮੇਰੀ ਹਿਫਾਜ਼ਤ ਮੇਰਾ ਅੱਲਾ ਕਰੇਗਾ। ਸੁਣਿਆ ਮਾ ਉਨ ਜ਼ਿਲਾ ਇਲਈ ਕਾ ਮੇਰ ਰੱਬੇ ਕਾ, ਇਹ ਮੈਂ ਜਿਹੜੇ ਤੁਹਾਨੂੰ ਚਾਹੁੰਦਾ ਅਸ਼ਾਰ ਸੁਣਾਏ ਨੇ ਨਾ, ਇਹ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹਜ਼ੂਰ ਦੇ ਬਣ ਜਾਓ। ਅਸਲ ਵਿੱਚ ਜਿਹੜਾ ਪੈਗਾਮ ਹੈ ਨਾ ਉਹ ਐਵੇਂ, ਮਾ ਉਨ ਜ਼ਿਲਾ ਇਲਈ ਕਾ ਮੇਰ ਰੱਬੇ ਕਾ, ਤੁਸੀਂ ਮੇਰਾ ਜੋ ਤੁਹਾਡੇ 'ਤੇ ਮੈਂ ਉਤਾਰਿਆ ਨਾ ਅਗਾਂਹ ਲੋਕਾਂ ਤੱਕ ਪਹੁੰਚਾਓ, ਅਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਹੁਣ ਇੱਕ ਐਤ ਸੁਣਾਉਣੀ ਹੈ। ਪਤਾ ਕੀ ਉਹ ਪੈਗਾਮ ਹੈ? ਅੱਲਾ ਕਰੀਮ ਨੇ ਫਰਮਾਇਆ, ਸੋਹਣਿਆ ਮੇਰਾ ਪੈਗਾਮ ਇਹਨਾਂ ਨੂੰ ਦੇ ਦਿਓ, ਕੁਲ ਅੱਲਾਹੁਮਾ ਮਾਲਿਕ ਅਲ ਮੁਲਕ ਤੂਤੀ ਅਲ ਮੁਲਕ ਮਨ ਤਸ਼ਾ ਵਾ ਤਨਜ਼ੀਉ ਅਲ ਮੁਲਕ ਮਿਮਨ ਤਸ਼ਾ ਵਾ ਤੁਇਜ਼ੁ ਮਨ ਤਸ਼ਾ ਵਾ ਤੁਜ਼ਿਲੁ ਮਨ ਤਸ਼ਾ ਬਿਯਦਿਕ ਅਲ ਖੈਰ ਇਨਕਾ ਅਲਾ ਕੁਲਿ ਸ਼ੈਇਨ ਕਦੀਰ। ਅਸੀਂ ਤੁਹਾਨੂੰ ਸਿਰਫ ਨਾਤਾਂ ਸੁਣਾ ਕੇ ਖੁਸ਼ ਕਰਨੇ ਆ, ਪੈਗਾਮ ਪਤਾ ਕੀ ਜੇ ਲਿਖ ਕੇ ਲੈ ਜਾਓ। ਸੋਹਣਿਆ ਫਰਮਾ ਦਿਓ ਅੱਲਾ ਹੀ ਬਾਦਸ਼ਾਹ, ਆ ਜਿਹੜੇ ਗੱਡੀਆਂ ਮਗਰ ਲਹਾਉਂਦੇ ਨਾ ਅਲੀ ਬਾਦਸ਼ਾਹ ਹੁਸੈਨ ਬਾਦਸ਼ਾਹ ਫਲਾਂ, ਕੌਣ ਬਾਦਸ਼ਾਹ ਹੈ? ਅੱਲਾ ਹੀ ਬਾਦਸ਼ਾਹ ਹੈ। ਇੱਜ਼ਤਾਂ ਬਾਦਸ਼ਾਹੀਆਂ ਦੇਣ ਵਾਲਾ, ਹਕੂਮਤਾਂ ਦੇਣ ਵਾਲਾ, ਹਕੂਮਤਾਂ ਖੋਣ ਵਾਲਾ, ਇੱਜ਼ਤਾਂ ਦੇਣ ਵਾਲਾ, ਜ਼ਿਲਤਾਂ ਵਿੱਚ ਬਦਲਣ ਵਾਲਾ, ਪਿਆ ਦੀ ਗੱਲ ਖੈਰ ਸਾਰੀ ਭਲਾਈ ਕਿਹਦੇ ਹੱਥ ਵਿੱਚ ਹੈ? ਮੇਰੇ ਅੱਲਾ ਨੇ ਆਖਿਆ ਹੈ, ਸਮਝੋ ਅੱਲਾ ਦਾ ਕੁਰਾਨ ਇਹ ਨਹੀਂ ਕਿਹਾ ਮੇਰੇ ਹੱਥ ਵਿੱਚ ਵੀ ਹੈ ਅਤੇ ਇੱਕ ਦਰਗਾਹ ਹੈ ਉਹਦੀ ਹੱਥ ਵਿੱਚ ਵੀ ਹੈ, ਫਲਾਣੇ ਦੇ ਹੱਥ ਵਿੱਚ ਵੀ ਹੈ, ਫਲਾਣੇ ਦੇ ਹੱਥ ਵਿੱਚ ਹੀ ਹੈ, ਨਹੀਂ ਬੇਯਾਦੀ ਕਲ ਖੈਰ ਸਾਰੀ ਖੈਰ ਕਿਹਦੇ ਹੱਥ ਵਿੱਚ ਹੈ? ਸਾਰੀ ਖੈਰ ਕਿਹਦੇ ਹੱਥ ਵਿੱਚ ਹੈ? ਫਰਮਾਇਆ ਬੇਯਾਦੀ ਕਲ ਖੈਰ ਜਿਹਦੀਆਂ ਸ਼ਾਨਾਂ ਹੈ, ਇੰਨਾ ਕਾਲਾ ਕੁੱਲੀ ਸ਼ੈਨ ਕਦੀਰ। ਹਰ ਸ਼ੈ ਦੀ ਉਹ ਐਜੇ ਪੈਗਾਮ ਹੱਕ ਦਾ,
ਅਤੇ ਤਾਦੀ ਤਾਂ ਉਹਨਾਂ ਨੂੰ ਪਰੇਸ਼ਾਨੀ ਲੱਗ ਗਈ ਹੈ, ਤਰਜਮਾ ਨਾ ਪੜਿਆ ਜੇ, ਤਰਜਮਾ ਪੜੋਗੇ ਤਾਂ ਫਿਤਨੇ 'ਚ ਪੈ ਜਾਓਗੇ। ਤੁਹਾਨੂੰ ਪਤਾ ਲੱਗਾ ਬੜਾ ਏਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਜੀ, ਤਰਜਮਾ ਨਾ ਪੜਿਆ ਜੇ। ਤਰਜਮਾ ਪੜ੍ਹਨੇ ਸੇ ਪਹਿਲੇ 14 ਜਾਂ 21 ਉਲੂਮ ਆਪਕੋ ਆਉਣੇ ਚਾਹੀਏ ਜੀ। ਉਹ ਨਾ 15-14 ਅਤੇ 21 ਉਲੂਮ ਆਉਣ ਅਤੇ ਨਾ ਕੁਰਾਨ ਦਾ ਤਰਜਮਾ ਪੜ੍ਹੋ। ਉਹ ਪਤਾ ਲੱਗਿਆ ਕੁਰਾਨ ਦਾ ਜਿਹਨੇ ਤਰਜਮਾ ਪੜ੍ਹ ਲਿਆ ਉਹਨੂੰ ਪਤਾ ਲੱਗ ਜਾਣਾ ਹੈ ਬਾਦਸ਼ਾਹ ਕੌਣ ਹੈ, ਇੱਜ਼ਤਾਂ ਦੇਣ ਵਾਲਾ ਕੌਣ ਹੈ, ਉਹ ਸਾਰੀ ਕਾਇਨਾਤ ਦਾ ਧਿਆਨ ਰੱਖਣ ਵਾਲਾ ਕੌਣ ਹੈ, ਉਹ ਫਰਿਆਦਾਂ ਸੁਣਨ ਵਾਲਾ ਕੌਣ ਹੈ। ਤਾਦੀ ਤੇ ਅਸੀਂ ਆਣੇ ਹਾਂ ਦਰ ਗੈਰਾਂ ਦੇਣ ਤੂੰ ਜਾਇਆ ਕਰ, ਉਹ ਦਰ ਗੈਰਾਂ ਦੇਣ ਤੂੰ ਜਾਇਆ ਕਰ, ਇੱਕ ਰੱਬ ਦਾ ਵਿਰਦ ਪਕਾਇਆ ਕਰ, ਉਹ ਜਿਹਦਾ ਰਿਜ਼ਕ ਤੂੰ ਹਮੇਸ਼ਾ ਖਾਣਾ ਏ, ਸਰ ਉਸ ਦੇ ਅੱਗੇ ਝੁਕਾਇਆ ਕਰ। ਕੁਰਾਨ ਦਾ ਤਰਜਮਾ ਪੜ੍ਹੋ, ਮੈਂ ਤੁਹਾਨੂੰ ਅੱਲਾ ਤੁਹਾਡੇ ਦਾ ਵਾਸਤਾ ਦੇਣਾ, ਕੁਰਾਨ ਪੜ੍ਹੋ ਤਰਜਮੇ ਦੇ ਨਾਲ, ਸਾਰੇ ਲੋਕ ਕੁਰਾਨ ਗਲੀ ਗਲੀ ਨਗਰ ਨਗਰ ਕੁਰਾਨ ਪਾਕ ਨੂੰ ਉੱਚਿਆਂ ਕਰ ਦਿਓ, ਕੁਰਾਨ ਦੀ ਤਾਲੀਮ ਨੂੰ ਉੱਚਿਆਂ ਕਰ ਦਿਓ। ਤਰਜਮਾ ਪੜ੍ਹੋ ਖੁਦ ਵੀ, ਆਪਣਿਆਂ ਬੱਚਿਆਂ ਨੂੰ ਵੀ, ਕੁਰਾਨ ਨੂੰ ਸਮਝੋ। ਜਦੋਂ ਤੁਸੀਂ ਕੁਰਾਨ ਨੂੰ ਸਮਝ ਲਓਗੇ, ਯਹੂਦੋ ਨਸਾਰਾ ਦੀ ਇਹ ਸਾਜ਼ਿਸ਼ ਹੈ ਕਿ ਜਿਹੜਾ ਕੁਰਾਨ ਸਮਝ ਗਿਆ ਉਹਦੇ ਅੱਗੇ ਕੋਈ ਅੜ ਨਹੀਂ ਸਕਦਾ, ਉਹਨੂੰ ਕੋਈ ਕਾਮਯਾਬੀ ਤੋਂ ਰੋਕ ਨਹੀਂ ਸਕਦਾ। ਇਹ ਯਹੂਦੋ ਨਸਾਰਾ ਦੀ ਸਾਜ਼ਿਸ਼ ਹੈ ਜਿਹਦਾ ਏਜੰਡਾ ਨਾਮ ਨਿਹਾਦ ਮੌਲਾਨਾ, ਨਾਮ ਨਿਹਾਦ ਬੜੀਆਂ ਵੇਸਕੋਟਾਂ ਔਰ ਬੜੇ ਜੁੱਬੇ ਔਰ ਦਸਤਾਰਾਂ ਪਾ ਕੇ ਲੋਕਾਂ ਨੂੰ ਕਹਿਣਾ ਜੀ ਕੁਰਾਨ ਤਰਜਮੇ ਨਾਲ ਪੜ੍ਹੋਗੇ ਤਾਂ ਫਿਤਨੇ ਅੰਦਰ ਪੈ ਜਾਓਗੇ, ਨਾਲੇ ਕੁਰਾਨ ਬੜਾ ਮੁਸ਼ਕਲ ਹੈ। ਮੇਰੇ ਅੱਲਾ ਨੇ ਆਖਿਆ ਅਸਾਂ ਕੁਰਾਨ ਨੂੰ ਆਸਾਨ ਕਰ ਦਿੱਤਾ, ਵਲਕਦ ਯਸਰਨਾ ਅਲਕੁਰਾਨ ਲਿਜ਼ਿਕਰ ਫਹਲ ਮਿਨ ਮੁਦੱਕਰ, ਅਸਾਂ ਤੇ ਕੁਰਾਨ ਨੂੰ ਆਸਾਨ ਕਰ ਦਿੱਤਾ ਹੈ, ਹੈ ਕੋਈ ਇਹ ਨਸੀਹਤ ਹਾਸਲ ਕਰੇ। ਉਹ ਆਂਦੇ ਨੇ ਜੀ ਮੁਸ਼ਕਲ ਹੈ, ਨਹੀਂ ਭਾਈ ਜਾਨ, ਕੁਰਾਨ ਬੜਾ ਆਸਾਨ ਜੇ, ਰਸੂਲੁੱਲਾ ਸੱਲਮ ਦਾ ਦੀਨ ਬੜਾ ਆਸਾਨ ਜੇ। ਕੁਰਾਨ ਤਰਜਮੇ ਨਾਲ ਪੜ੍ਹਨਾ ਹੈ, ਕੁਰਾਨ ਨੂੰ ਸਮਝ ਕੇ ਪੜ੍ਹਨਾ ਹੈ। ਔਰ ਮੇਰੇ ਮਹਬੂਬ ਪੈਗੰਬਰ ਦੀ ਦਾਵਤ ਹੀ ਹੈ ਵੇ ਮਾ ਉਨ ਜ਼ਿਲਾ ਇਲਈ ਕਾ ਮੇਰ ਰੱਬੇ, ਅੱਲਾ ਜੱਲਾ ਸ਼ਾਨੁਹੂ ਵਤਾਲਾ, ਅੱਜ ਦੀ ਇਹ ਬਜ਼ਮ, ਅੱਜ ਦਾ ਇਹ ਪ੍ਰੋਗਰਾਮ ਰੂਹਾਨੀ ਕੁਰਾਨੀ ਜਿਹਦੇ ਵਿੱਚ ਤੁਸੀਂ ਤਸ਼ਰੀਫ ਲਿਆਏ, ਮੇਰਾ ਅੱਲਾ ਸਭ ਦਾ ਆਨਾ ਕਬੂਲ ਫਰਮਾਏ, ਨਾ ਚੀਜ਼ ਦੀ ਹਾਜ਼ਰੀ ਨੂੰ ਵੀ ਅੱਲਾ ਸਰਫੇ ਕਬੂਲੀਅਤ ਨਾਲ ਨਵਾਜ਼ ਦੇ। ਮੇਰਾ ਅੱਲਾ ਮੇਰੇ ਬਜ਼ੁਰਗਾਂ ਨੂੰ, ਬਾਬਾ ਜੀ ਨਜ਼ੀਰ ਸਾਹਿਬ, ਇਹਨਾਂ ਦਾ ਪੂਰਾ ਖਾਨਦਾਨ, ਅਜ਼ੀਜ਼ੋ ਅਕਰਬਾ ਵੀ ਮਾਸ਼ਾਅੱਲਾ ਆਏ ਨੇ, ਸਾਡੀਆਂ ਭੈਣਾਂ ਬੇਟੀਆਂ ਬੱਚੇ, ਅੱਲਾ ਸਾਰਿਆਂ ਨੂੰ 5 ਵਕਤ ਦਾ ਬਾਜਮਾਤ ਨਮਾਜ਼ੀ ਬਣਾ ਕੇ ਰੱਖੀ, ਔਰ ਜਿੰਨੇ ਤੁਸੀਂ ਵੀ ਆਏ ਹੋ ਜਿੱਥੋਂ ਜਿੱਥੋਂ ਆਏ ਹੋ, ਅੱਲਾ ਤੁਹਾਡਾ ਆਉਣਾ ਕਬੂਲ ਫਰਮਾਏ। ਅਕੂਲੁ ਕੌਲੀ ਹਾਜ਼ਾ ਵਸਤਗਫਿਰੁਲਲਾਹ ਲਨਾ ولكم ولسائر المسلمين والمسلمات وآخر دعوانا أن الحمد لله رب العالمين.